ਲੋਕਾਂ ਦੇ ਜਾਲੀ ਪ੍ਰੂਫ ਲਾ ਕੇ ਵਿਦੇਸ਼ ਭੇਜੇ 193 ਸਿਮ। ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। 100 ਦੇ ਕਰੀਬ ਸਿਮਾਂ ਨੂੰ ਕੀਤਾ ਜਾ ਚੁੱਕਾ ਸੀ ਐਕਟੀਵੇਟ। ਕਮਿਸ਼ਨਰ ਨੇ ਇਸ ਮਾਮਲੇ 'ਚ ਕੀਤਾ ਵੱਡਾ ਖੁਲਾਸਾ। ਇੱਕ ਆਲਰੇਡੀ ਮੁਕੱਦਮਾ ਦਰਜ ਸੀ, ਜਿਸ ਇਸ ਮੁਕੱਦਮੇ ਦੇ ਵਿੱਚ ਜਿਹੜਾ ਇੱਕ ਦੋਸ਼ੀ ਗ੍ਰਿਫਤਾਰ ਸੀ ਅਤੇ ਜਿਹੜਾ ਹੁਣ ਵੀ ਜੁਡੀਸ਼ੀਅਲ ਕਸਟੱਡੀ ਦੇ ਵਿੱਚ ਹੈ, ਉਹਦੀ ਬੇਲ ਐਪਲੀਕੇਸ਼ਨ ਸੀ। ਬੇਲ ਐਪਲੀਕੇਸ਼ਨ ਤੋਂ ਬਾਅਦ ਜਿਹੜਾ ਉਹਦਾ ਚਲਾਨ ਪੁੱਟ ਇਨ ਕੋਰਟ ਹੋਇਆ ਸੀ। ਬੇਲ ਐਪਲੀਕੇਸ਼ਨ ਦੇ ਵਿੱਚ ਜਿਹੜਾ ਮਾਨਯੋਗ ਕੋਰਟ ਨੇ ਕਈ ਗੱਲਾਂ ਦੀ ਕਲੈਰੀਫਿਕੇਸ਼ਨ ਮੰਗੀ ਆ, ਉਹ ਅਸੀਂ ਫਰਦਰ ਜਿਹੜੇ ਉਸ ਬੰਦੇ ਦੀ ਪੁੱਛਗਿੱਛ ਕਰ ਰਹੇ ਹਾਂ ਅਤੇ ਉਹ 'ਚ ਕਾਫੀ ਬੰਦਿਆਂ ਨੂੰ ਜਿਹੜਾ ਅਸੀਂ ਇਨਵੈਸਟੀਗੇਸ਼ਨ ਜੁਆਇਨ ਕਰਵਾਈ ਹੈ। ਹੁਣ ਤੱਕ ਦੀ ਜਿਹੜੀ ਪ੍ਰੀਲਿਮਨਰੀ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਵੀ ਉਹਨਾਂ ਨੇ ਜਿਹੜੇ 193 ਸਿਮ ਜਿਹੜੇ ਆ ਉਹਦੇ ਕੋਈ ਦੋਸਤ ਸੀ, ਕਿਉਂਕਿ ਇਹ ਵੀ ਆਲਰੇਡੀ ਪਹਿਲਾਂ ਛੋਟੇ ਕੰਟਰੀ ਦੁਬਈ ਵਗੈਰਾ ਰਹਿ ਕੇ ਆਇਆ ਸੀ, ਉਹ ਬੰਦੇ ਉਹਨੂੰ ਉਦੋਂ ਮਿਲੇ ਸੀ ਅਤੇ ਉਹ ਤੋਂ ਬਾਅਦ ਉਹ ਅੱਗੇ ਚਲੇ ਗਏ ਅਤੇ ਉਹਨਾਂ ਨੇ ਮਨੀਲਾ ਉਹਨਾਂ ਨੇ ਇਹਨੂੰ ਕਿਹਾ ਸੀ ਵੀ ਸਾਨੂੰ ਸਿਮ ਭੇਜ ਦਿਉ। ਤਾਂ ਉਸ ਲੜਕੇ ਨੇ ਫੇਕ ਸਿਮ ਜਿਹੜੇ ਆ, ਮਤਲਬ ਕਿਸੇ ਹੋਰ ਦੇ ਗਰੀਬ ਦੇ ਜਾਂ ਹੋਰਾਂ ਦੇ ਨਾਮ 'ਤੇ ਜਿਹੜਾ ਉਹਨਾਂ ਦਾ ਮਿਸਯੂਜ਼ ਕਰਕੇ ਉਹਨਾਂ ਦੇ ਡਾਕੂਮੈਂਟ ਦਾ ਜਿਹੜਾ ਸਿਮ ਹਾਸਲ ਕਰ ਲਏ ਸੀ, ਉਹਨਾਂ 'ਚੋਂ ਕਰੀਬ 100 ਕਿਮ ਐਕਟੀਵੇਟ ਹੋਏ ਸੀ, ਬਾਕੀ ਤਾਂ ਜਿਹੜੇ ਐਕਟੀਵੇਟ ਨਹੀਂ ਹੋਏ। ਉਹਨਾਂ ਦੇ ਵਿੱਚ ਹੁਣ ਫਰਦਰ ਅਸੀਂ ਜਿਹੜੀ ਟੈਕਨੀਕਲ ਐਵੀਡੈਂਸ ਵਗੈਰਾ ਸਾਰੀ ਜਿਹੜੀ ਅਸੀਂ ਥਰੂ ਜਿਹੜੇ ਨੈਟਵਰਕ ਹੈ ਹੋਰ ਹੈ ਉਹਨਾਂ ਤੋਂ ਕਲੈਕਟ ਕਰ ਰਹੇ ਹਾਂ, ਜਿਹੜੀ ਕੋਈ ਅੱਗੇ ਫਰਦਰ ਹੋਊਗੀ ਤੁਹਾਨੂੰ ਉਹਦੇ ਬਾਰੇ ਦੱਸਾਂ। ਸਰ ਕੀ ਲੱਗਦਾ ਜੀ, ਲਗਾਤਾਰ ਜਿਹੜੀਆਂ ਕਾਲਸ ਆਉਂਦੀਆਂ ਨੇ ਫੇਕ ਆਈਡੀ ਜਾਂ ਫੇਕ ਫੋਟੋਆਂ ਲਗਾ ਕੇ ਕਾਲਸ ਕੀਤੀਆਂ ਜਾਂਦੀਆਂ ਨੇ, ਉਸਦਾ ਵੀ ਨੈਕਸਸ ਹੋ ਸਕਦਾ? ਦੇਖੋ ਹੁਣ ਤੱਕ ਜਿਹੜਾ ਉਹਨੇ ਹਜੇ ਤੱਕ ਜਿਹੜਾ ਇਹ ਦੱਸਿਆ ਵੀ ਉਹਨਾਂ ਨੇ ਜਿਹੜਾ ਮੈਨੂੰ ਇਹ ਕਿਹਾ ਸੀ ਵੀ ਅਸੀਂ ਕਾਲ ਸੈਂਟਰ 'ਚ ਕੰਮ ਕਰਦੇ ਹਾਂ ਅਤੇ ਸਾਨੂੰ ਸਿਮ ਚਾਹੀਦੇ ਆ, ਸਾਨੂੰ ਸਿਮ ਪ੍ਰੋਵਾਈਡ ਕਰ ਦਿਉ, ਬਟ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਬਾਹਰਲੇ ਬੰਦੇ ਵੀ ਇਸ ਮੁਕੱਦਮੇ ਦੇ ਵਿੱਚ ਨੋਮੀਨੇਟ ਕੀਤੇ ਜਾ ਰਹੇ ਹਨ, ਤਾਂ ਉਹਨਾਂ ਤੋਂ ਵੀ ਹਜੇ ਬਹੁਤ ਸਾਰੀ ਪੁੱਛਗਿੱਛ ਕਰਨੀ ਬਾਕੀ ਹੈ। ਉਦੋਂ ਅਸੀਂ ਜਿਹੜਾ ਐਂਡ ਕੰਕਲੂਜ਼ਨ 'ਤੇ ਪਹੁੰਚਾਂਗੇ, ਪਰ ਫਿਲਹਾਲ ਜਿਹੜੀ ਫਰਦਰ ਜਿੰਨਿਆਂ ਤੋਂ ਅਸੀਂ ਇਹ ਪੁੱਛਗਿੱਛ ਕਰ ਰਹੇ ਹਾਂ ਹਜੇ ਤੱਕ ਇਸ ਗੱਲ 'ਤੇ ਆਏ ਹਾਂ ਵੀ ਜਿਹੜੇ ਨੰਬਰ ਹੈ ਉਹ ਗਲਤ ਆਮ ਭੋਲੇ ਭਾਲੇ ਲੋਕਾਂ ਦੇ ਨਾਮ 'ਤੇ ਸਿਮ ਲੈ ਕੇ ਬਾਹਰ ਭੇਜੇ ਜਾ ਰਹੇ ਸੀ, ਤਾਂ ਉਹਦੇ ਵਿੱਚ ਜਿਹੜੇ ਜਿਹੜੇ ਵੀ ਇਨਵੋਲਵ ਆ ਉਹਨਾਂ ਨੂੰ ਅਸੀਂ ਨੋਮੀਨੇਟ ਕਰਕੇ ਡਿਟੇਲ ਪੁੱਛਗਿੱਛ ਕਰਾਂ। ਕੀ ਲੱਗਦਾ ਇੱਕ ਵੱਡੇ ਮਾਤਰਾ ਦੇ ਵਿੱਚ 193 ਸਿਮਾਂ ਦਾ ਤੁਸੀਂ ਜ਼ਿਕਰ ਕੀਤਾ, ਜਿਹੜੇ ਜਿਹੜੇ ਡਿਸਟ੍ਰੀਬਿਊਟਰ ਤੋਂ ਇਹ ਐਕਟੀਵੇਟ ਹੋਏ ਨੇ, ਕੀ ਲੱਗਦਾ ਉਹਨਾਂ ਤੋਂ ਕੋਲ ਜਿਹੜੇ ਡਿਸਟ੍ਰੀਬਿਊਟਰ ਤੋਂ ਐਕਟੀਵੇਟ ਹੋਏ ਹੈ ਉੱਥੇ ਇਹ ਗੱਲ ਜ਼ਰੂਰ ਚੈੱਕ ਕੀਤੀ ਜਾਏਗੀ ਕਿ ਡਿਸਟ੍ਰੀਬਿਊਟਰ ਦੇ ਕੋਲ ਉਸ ਭੋਲੇ ਭਾਲੇ ਬੰਦੇ ਨੂੰ ਆਪ ਫਿਜ਼ੀਕਲੀ ਲਿਜਾ ਕੇ ਸਿਮ ਲਿੱਤਾ ਗਿਆ ਕਿ ਉਹਦੇ ਡਾਕੂਮੈਂਟਸ ਲੈ ਕੇ ਮਿਸਯੂਜ਼ ਕਰਕੇ ਲਿਆ ਗਿਆ। ਜਿੱਥੇ ਕਿਤੇ ਨੈਟਵਰਕ ਵਾਲੇ ਦੀ ਕਿਸੇ ਦੀ ਇਨਵੋਲਵਮੈਂਟ ਹੋਏਗੀ ਵੀ ਵਿਦਾਊਟ ਬੰਦੇ ਦੀ ਪ੍ਰੈਜੈਂਸ ਤੋਂ ਬਗੈਰ ਕਿਸੇ ਹੋਰ ਅਨਨੋਨ ਬੰਦੇ ਨੂੰ ਸਿਮ ਦਿੱਤਾ ਗਿਆ ਓਨਲੀ ਡਾਕੂਮੈਂਟਸ ਦੇ ਬਿਹਾਫ 'ਤੇ, ਫਿਰ ਅਸੀਂ ਉਹਨਾਂ ਨੂੰ ਨੋਮੀਨੇਟ ਕਰਕੇ ਉਹਨਾਂ ਦੇ ਖਿਲਾਫ਼ ਵੀ ਕਰ ਰਹੇ ਹਾਂ। ਅਪੀਲ ਕੀ ਆ, ਆਮ ਤੌਰ 'ਤੇ ਲਗਾਤਾਰ ਫਿਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ, ਪਾਕਿਸਤਾਨ ਦੇ ਨੰਬਰਾਂ ਤੋਂ ਕਾਲ ਆਉਂਦੀ ਹੈ, ਪੁਲਿਸ ਮੁਲਾਜ਼ਮਾਂ ਤੱਕ ਦੀਆਂ ਫੋਟੋਆਂ ਲਗਾ ਕੇ ਕਾਲ ਕੀਤੀ ਜਾਂਦੀ ਹੈ। ਦੇਖੋ ਇਹ ਜੀ ਗੱਲ ਜਦੋਂ ਸਾਡੇ ਨੋਟਿਸ 'ਚ ਆਉਂਦੀ ਹੈ ਉਹ 'ਤੇ ਸਖ਼ਤ ਕਾਰਵਾਈ ਕਰਦੇ ਹਾਂ। ਰੀਸੈਂਟਲੀ ਅੱਜ ਵੀ ਇੱਕ ਪ੍ਰੈਸ ਕਾਨਫਰੰਸ ਮਾਨਯੋਗ CP ਸਾਹਿਬ ਨੇ ਕੀਤੀ ਹੈ, ਜਿਹਦੇ 'ਚ ਅਸੀਂ ਇੱਕ ਵਿਅਕਤੀ ਨੂੰ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜੋ ਕੈਨੇਡਾ ਦੇ ਵਿੱਚ ਬੈਠੇ ਬੰਦਿਆਂ ਦੇ ਨਾਲ ਰਲ ਕੇ ਰੈਂਸਮ ਮਨੀ ਉੱਥੋਂ ਮੰਗਦੇ ਸੀ ਅਤੇ ਇੱਥੇ ਲੋਕਾਂ ਦੀ ਡਿਟੇਲ ਉਹਨਾਂ ਨੂੰ ਦਿੰਦੇ ਸੀ ਅਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਪੈਸੇ ਹਥਿਆਉਣ ਲਈ ਇਹ ਉਪਰਾਲੇ ਕਰ ਰਹੇ ਸੀ। ਉਹ 'ਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਹਾਂ, ਉਹਨਾਂ ਕੋਲੋਂ 8 ਵੈਪਨ ਜਿਹੜੇ ਆ ਰਿਕਵਰ ਕੀਤੇ ਆ, ਗੱਡੀਆਂ ਰਿਕਵਰ ਕੀਤੀਆਂ, ਉਹਨਾਂ ਕੋਲ ਲਾਈਵ ਕਾਰਟਰੇਜ ਕੀਤੇ ਆ, ਕੁਝ ਡਾਕੂਮੈਂਟਸ ਕੀਤੇ ਆ, ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਔਰ ਬਿਹਾਈਂਡ ਦੀ ਬਾਰ ਉਹਨਾਂ ਨੂੰ ਹੁਣ ਅਸੀਂ ਕੀਤਾ ਅਤੇ ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਅਗਾਂਹ ਵੀ ਕਰਾਂਗੇ।